ਤੇ ਵਕਫੇ ਤੋਂ ਬਾਅਦ ਸਵਾਗਤ ਹੈ ਜੀ ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਪੰਜਾਬ ਦੇ ਵਿੱਚ ਆਈ ਹੋਈ ਤਰਾਜ਼ੀ ਨੂੰ ਲੈ ਕੇ ਕਿ ਕਿਸ ਤਰੀਕੇ ਨਾਲ ਇਸ ਤਰਾਜ਼ੀ ਨੂੰ ਰੋਕਿਆ ਜਾ ਸਕਦਾ ਸੀਗਾ ਇਹ ਤਰਾਜ਼ੀ ਨਾ ਹੁੰਦੀ ਇਸ ਜਿਸ ਪੱਧਰ ਤੇ ਇਹ ਜਾ ਕੇ ਹੋਈ ਹੈ ਉਸ ਪੱਧਰ ਤੇ ਨਾ ਹੁੰਦੀ ਅਗਰ ਕੁਝ ਨਾ ਕੁਝ ਸਮੇਂ ਸਿਰ ਰਹਿੰਦੇ ਯਾਨੀ ਕਿ ਸਮੇਂ ਤੋਂ ਪਹਿਲਾਂ ਕੁਝ ਨਾ ਕੁਝ ਸੋਚ ਲਿਆ ਜਾਂਦਾ ਮੇਰੇ ਨਾਲ ਮੌਜੂਦ ਨੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਨਵੀਨ ਸ਼ਰਮਾ ਜੀ ਜੋ ਕਿ ਸਾਡੇ ਨਾਲ ਵਿਚਾਰ ਵਟਾਂਦਰਾ ਕਰਨਗੇ ਔਰ ਐਨਾਲਿਸਿਸ ਕਰਾਂਗੇ ਸਭ ਤੋਂ ਪਹਿਲਾਂ ਨਵੀਨ ਜੀ ਆਈ ਵੁੱਡ ਲਾਈਕ ਟੂ ਹੈਵ ਯੂਰ ਓਪਨਿੰਗ ਕਮੈਂਟ ਔਨ ਦਿਸ ਦੇਖੋ ਹਰਕੀਰਤ ਇਹ ਜਿਹੜੀ ਪੰਜਾਬ ਦੀ ਕਿਸਾਨੀ ਹੈ ਇਹਦੇ ਨਾਲ ਤੇ ਤੁਸੀਂ ਦੇਖ ਰਹੇ ਹੋ ਕਿ ਹਮੇਸ਼ਾ ਸਿਆਸਤ ਹੁੰਦੀ ਹੈ ਜੀ ਔਰ ਇਹ ਜਿਹੜੀ ਹੋਣਾ ਹੈ ਤੇ ਕੁਦਰਤ ਦੀ ਮਾਰ ਹੈ ਚਲੋ ਠੀਕ ਹੈ ਖੇਤਾਂ ਦੇ ਵਿੱਚ ਤੇ ਪਾਣੀ ਚਲਾ ਗਿਆ ਔਰ ਫਸਲ ਖਰਾਬ ਹੋਏਗੀ ਲੇਕਿਨ ਮੈਂ ਅਸੀਂ ਜੋ ਅੱਜ ਡਿਸਕਸ ਕਰਨ ਬੈਠੇ ਹਾਂ ਉਹ ਹੈ ਕਿ ਇਸ ਤੋਂ ਬਾਅਦ ਦਾ ਕੀ ਚੈਪਟਰ ਹੋਏਗਾ ਪੰਜਾਬ ਦੀ ਕਿਸਾਨੀ ਆਲਰੇਡੀ ਸਫਰ ਕਰ ਰਹੀ ਹੈ ਉਹਨਾਂ ਕੋਲ ਬੈਂਕਾਂ ਦੇ ਕਰਜ਼ੇ ਨੇ ਉਹਨਾਂ ਕੋਲ ਕਈ ਕਿਸਾਨ ਵਿਚਾਰੇ ਸੁਸਾਈਡ ਕਰ ਗਏ ਉਹਨਾਂ ਦੀ ਫੈਮਲੀਆਂ ਸਫਰ ਕਰ ਰਹੀਆਂ ਹੁਣ ਇਹਨਾਂ ਨੇ ਪੈਡੀ ਲਗਾਈ ਝੋਨਾ ਲੱਗਿਆ ਹੈ ਖੇਤਾਂ ਦੇ ਵਿੱਚ ਤੇ ਉਹ ਹੁਣ ਖੇਤ ਕਈ ਫਸਲ ਹੁਣ ਆਏਗਾ ਫਸਲਾਂ ਖਰਾਬ ਹੋ ਗਈਆਂ ਡੁੱਬ ਜਾਣ ਹੁਣ ਹੜ੍ਹ ਆਉਣ ਦਾ ਖਤਰਾ ਹੈ ਆਰਮੀ ਨੂੰ ਅਲਰਟ ਕੀਤਾ ਗਿਆ ਸਕੂਲ ਕਾਲਜ ਬੰਦ ਰੱਖੇ ਗਏ ਨੇ ਅਤੇ ਦੋ ਚਾਰ ਦਿਨ ਉਹਨਾਂ ਨੇ ਖਬਰਾਂ ਆਉਣਗੀਆਂ ਕਿਸ ਤਰ੍ਹਾਂ ਦਿਆ ਫਸਲਾਂ ਖਰਾਬ ਹੋਣਗੀਆਂ ਉਸ ਤੋਂ ਬਾਅਦ ਇੱਕ ਨਵਾਂ ਚੈਪਟਰ ਦਰਦ ਭਰਾ ਚੈਪਟਰ ਸ਼ੁਰੂ ਹੋਏਗਾ ਪੰਜਾਬ ਦੀ ਕਿਸਾਨੀ ਦੇ ਲਈ ਉਹ ਇਹ ਹੀ ਹੋਏਗਾ ਕਿ ਜੀ ਇਹਨਾਂ ਦੀ ਫਸਲਾਂ ਖਰਾਬ ਹੋ ਗਈਆਂ ਅਸੀਂ ਜੋ ਡਿਸਕਸ ਇਹ ਹੈਗਾ ਕਿ ਅਸੀਂ ਇਹ ਕਰੀਏ ਕਿ ਆਪਾਂ ਜਿਹੜਾ ਕਿਸਾਨ ਖਰਾਬ ਕਿਸ ਤਰ੍ਹਾਂ ਹੋਏਗਾ ਇਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਏਗਾ ਬਾਅਦ ਵਿੱਚ ਅਸੀਂ ਉਸ ਚੀਜ਼ ਨੂੰ ਕਰ ਰਹੇ ਹਾਂ ਮੁਆਵਜ਼ਾ ਜਿਹੜਾ ਡਿਸਕਸ ਕੀਤਾ ਜਾਂਦਾ ਹੈ ਉਹੀਓ 5 ਰੁਪਏ 10 ਰੁਪਏ 20 ਰੁਪਏ ਦਾ ਚੈੱਕ ਮਿਲਦਾ ਇਹਨਾਂ ਨੂੰ ਇੱਕ ਸਾਡਾ ਜਿਹੜਾ ਸਿਸਟਮ ਹੈ ਪੋਲੀਟੀਕਲ ਸਿਸਟਮ ਤਾਂ ਹੈ ਹੀ ਹੈ ਇੱਕ ਜਿਹੜਾ ਬਿਊਰੋਕਰੇਸੀ ਸਿਸਟਮ ਹੈ ਇੱਕ ਪੰਜਾਬ ਦੀ ਕਿਸਾਨੀ ਨੂੰ ਨਿਪਟਣ ਦਾ ਜਿਹੜਾ ਸਿਸਟਮ ਹੈ ਉਹ ਬੜਾ ਮਤਲਬ ਮਜ਼ਾਕ ਉਸ ਸਿਸਟਮ ਦੇ ਵਿੱਚ ਗਿਰਦਾਵਰੀ ਜਿਹੜੀ ਇਨਸਪੈਕਸ਼ਨ ਹੈ ਉਹ ਵੀ ਸਾਹਮਣੇ ਆਉਂਦੀ ਹੈ ਔਰ ਉਹਦੇ ਵਿੱਚ ਕਿਹਾ ਜਾਂਦਾ ਕਿ ਅਸੀਂ ਰਿਪੋਰਟ ਤਿਆਰ ਕਰ ਲਈ ਹੈ ਜੋ ਕਿ ਜ਼ਿਲ੍ਹੇ ਦਾ ਜੋ ਤਹਿਸੀਲਦਾਰ ਹੁੰਦਾ ਡਿਪਟੀ ਕਮਿਸ਼ਨਰ ਹੁੰਦਾ ਉਹ ਰਿਪੋਰਟ ਤਿਆਰ ਕਰਦਾ ਹੋਰ ਜਾ ਕੇ ਸੌਂਪਦਾ ਅਤੇ ਤੁਹਾਨੂੰ ਲੱਗਦਾ ਕਿ ਜਿਹੜੀ ਗਿਰਦਾਵਰੀ ਇਨਸਪੈਕਸ਼ਨ ਹੈ ਉਹ ਫਾਇਦਾ ਪਹੁੰਚਾਉਂਦੀ ਹੈ ਕਿਸਾਨ ਨੂੰ ਨਹੀਂ ਉਹ ਠੀਕ ਹੈ ਜਿੰਨਾ ਮੁਆਵਜ਼ਾ ਉਹਨਾਂ ਨੂੰ ਮਿਲਣਾ ਚਾਹੀਦਾ ਇੱਕ ਲੌਜੀਕਲ ਹੁੰਦਾ ਸਰਕਾਰ ਹੁਣ ਅਸੀਂ ਤਾਂ ਕੀ ਕਰ ਰਹੇ ਆਉਣ ਵਾਲੀਆਂ ਖਬਰਾਂ ਨੂੰ ਅੱਜ ਐਨਲਾਈਜ਼ ਕਰ ਰਹੇ ਹਾਂ ਅੱਜ ਹੜ੍ਹ ਆਇਆ ਥੋੜ੍ਹੇ ਦਿਨ ਬਾਅਦ ਹੋਏਗਾ ਜੀ ਹੈਲੀਕਾਪਟਰ ਤੇ ਮੁੱਖ ਮੰਤਰੀ ਦੌਰਾ ਕਰਨਗੇ ਬਾੜ ਪ੍ਰਭਾਵਿਤ ਇਲਾਕੋਂ ਦਾ ਦੌਰਾ ਕੀਆ ਉਸ ਤੋਂ ਬਾਅਦ ਜਦੋਂ ਪਾਣੀ ਸੁੱਕ ਜਾਏਗਾ ਫਿਰ ਨੁਕਸਾਨ ਦਾ ਜਾਇਜ਼ਾ ਲਿਆ ਜਾਏਗਾ ਸ਼ਹਿਰਾਂ ਵਿੱਚ ਅਲੱਗ ਨੁਕਸਾਨ ਹੈ ਪਿੰਡਾਂ ਵਿੱਚ ਅਲੱਗ ਨੁਕਸਾਨ ਹੈ ਜਿਹੜਾ ਖੇਤੀਬਾੜੀ ਨੂੰ ਨੁਕਸਾਨ ਹੋਏਗਾ ਉਹਦਾ ਹੁਣ ਆਏਗਾ ਜੀ ਇਹਦੀ ਗਿਰਦਾਵਰੀ ਕਰਾਈ ਜਾਏਗੀ ਗਿਰਦਾਵਰੀ ਹੁੰਦੀ ਹੈ ਗਿਰਦਾਵਰੀ ਇਜ਼ ਫਿਜ਼ੀਕਲ ਇਨਸਪੈਕਸ਼ਨ ਜੀ ਪਰ ਇਹ ਹੋਏਗਾ ਹਜ਼ਾਰਾਂ ਦੀ ਤਦਾਦ ਵਿੱਚ ਕਿਸਾਨ ਬਰਬਾਦ ਹੋਣਗੇ ਔਰ ਕਈ ਖੇਤ ਪਾਣੀ ਭਰ ਜਾਏਗਾ ਤੇ ਸਾਰੇ ਤੁਸੀਂ ਫਿਜ਼ੀਕਲ ਇਨਸਪੈਕਸ਼ਨ ਤੇ ਹੋ ਨਹੀਂ ਸਕਦੀ ਇਹ ਹੁਣ ਤਹਿਸੀਲਦਾਰ ਔਰ ਪਟਵਾਰੀ ਦੀ ਮਰਜ਼ੀ ਹੁੰਦੀ ਹੈ ਉਹ ਆਪਣੀ ਜੋ ਰਿਪੋਰਟ ਬਣਾ ਕੇ ਦੇ ਦੇਣ ਹੁਣ ਤੁਸੀਂ ਨੋਟਿਸ ਕਰੋ ਪੰਚਾਇਤੀ ਚੋਣਾਂ ਥੋੜੇ ਦਿਨ ਪਹਿਲਾਂ ਖਤਮ ਹੋਈਆਂ ਕੱਲ ਹੁਣ ਨਵੇਂ ਰਿਜ਼ਲਟ ਆ ਗਏ ਹੁਣ ਪੰਚ ਸਰਪੰਚ ਜਿਹੜੇ ਨਵੇਂ ਚੁਣੇ ਗਏ ਨੇ ਇਹ ਕੰਮ ਆਣਗੇ ਕਿਸਾਨਾਂ ਦੇ ਔਰ ਹੁਣ ਉਹਨਾਂ ਦੀ ਜਿਹੜੀ ਮਰਜ਼ੀ ਆ ਉਹ ਚੱਲੇਗੀ ਪਟਵਾਰੀ ਨੇ ਜੋ ਲਿਖ ਦੇਣਾ ਉਹ ਫਾਈਨਲ ਹੈ ਉਹਨੇ ਲਿਖ ਦੇਣਾ ਸੋਹਨ ਸਿੰਘ ਦਾ ਖੇਤ ਇੰਨਾ ਖਰਾਬ ਹੋਇਆ ਸਵਰਨ ਸਿੰਘ ਦਾ ਇੰਨਾ ਖਰਾਬ ਨਹੀਂ ਹੋਇਆ ਜੇ ਸੋਹਨ ਸਿੰਘ ਨਾਲ ਬੰਦੀ ਹੋਏਗੀ ਤਾਂ ਸੋਹਨ ਸਿੰਘ ਨੂੰ ਮੁਆਵਜ਼ਾ ਦਵਾ ਦੇਗਾ ਸਵਰਨ ਸਿੰਘ ਨਾਲ ਨਹੀਂ ਬੰਦੀ ਹੋਏਗੀ ਤਾਂ ਸਵਰਨ ਸਿੰਘ ਨੂੰ ਮੁਆਵਜ਼ਾ ਨਹੀਂ ਮਿਲੇਗਾ ਦੂਸਰਾ ਇੱਕ ਜਿਹੜਾ ਸਿਸਟਮ ਸਰਕਾਰੀ ਸਿਸਟਮ ਹੈ ਉਹਨੂੰ ਇਹ ਹੈ ਕਿ ਲੈਂਡ ਹੋਲਡਿੰਗ ਕਿੰਨੀ ਹੁੰਦੀ ਹੈ ਇਹ ਬੜਾ ਮਤਲਬ ਇੱਕ ਪੁੱਠਾ ਜਿਹਾ ਪ੍ਰੋਸੈਸ ਹੈਗਾ ਲੈਂਡ ਹੋਲਡਿੰਗ ਮੰਨਿਆ ਜਾਂਦਾ ਕਿਸੇ ਦੀ ਅੱਧੇ ਮਰਲਾ ਜ਼ਮੀਨ ਹੈ ਤਾਂ ਉਹਨੂੰ ਅੱਧੇ ਮਰਲੇ ਦੇ ਹਿਸਾਬ ਨਾਲ ਲਿਖੋ ਐਕਚੁਅਲ ਹੁੰਦਾ ਉਹਦੇ ਵਿੱਚ ਪਰਸੈਂਟੇਜ ਕੱਢਦੇ ਨੇ ਉਹ ਪਰਸੈਂਟੇਜ ਦੇ ਵਿੱਚ ਵੀ ਐਵ ਹੈ ਕਿ ਇਹ ਨਹੀਂ ਕਿ ਨੁਕਸਾਨ ਹੋ ਗਿਆ ਇੱਕ ਹੋਰ ਪ੍ਰੋਸੈਸ ਹੁੰਦਾ ਕਿ ਫਸਲ ਨੂੰ ਕਿੰਨਾ ਨੁਕਸਾਨ ਪਹੁੰਚਿਆ ਕਿਹੜੀ ਫਸਲ ਨੂੰ ਕਾਟਨ ਦੀ ਅਗਰ ਹੈਗੇ ਤੇ ਉਹਦੇ ਕਿੰਨੀਆਂ ਖਰਾਬ ਹੋਈਆਂ ਝੋਨੇ ਦੀ ਫਸਲ ਨੂੰ ਕਿੰਨੇ ਪਰਸੈਂਟ ਨੁਕਸਾਨ ਪਹੁੰਚਿਆ ਉਹ ਰਿਪੋਰਟ ਬਣਾ ਕੇ ਦਿੱਤੀ ਜਾਂਦੀ ਹੈ ਰਿਪੋਰਟ ਦੇ ਹਿਸਾਬ ਨਾਲ ਫਿਰ ਜੋ ਕੈਲਕੂਲੇਸ਼ਨ ਹੁੰਦੀ ਹੈ ਕੈਲਕੂਲੇਸ਼ਨ ਵੀ ਇੰਨੇ ਪਰਸੈਂਟ ਜ਼ਮੀਨ ਇੰਨਾ ਕਰਕੇ ਮੁਆਵਜ਼ਾ ਬਣਿਆ ਕਿੰਨਾ 20 ਰੁਪਏ ਮੁਆਵਜ਼ਾ ਕਿੰਨਾ ਬਣੇਗਾ 10 ਰੁਪਏ ਜੀ ਇਹ ਹੀ ਚੈੱਕ ਮਿਲਦੇ ਇਹਨਾਂ ਨੂੰ ਨਵੀਨ ਜੀ ਬਟ ਦੇਖੋ ਜਿਵੇਂ ਆਪਾਂ ਇੱਕ ਪਿਛਲੇ ਮਹੀਨੇ ਵੀ ਇਹ ਮੁੱਦਾ ਕੀਤਾ ਸੀਗਾ ਦੇ ਵਰ ਅਵੇਅਰ ਕਿ ਦੈਟ ਦਿਸ ਗੋਨਾ ਹੈਪਨ ਦਿਸ ਟਾਈਮ ਇਹ ਫਲੱਡ ਆ ਸਕਦਾ ਔਰ ਭਾਰੀ ਮੀਂਹ ਪੈ ਸਕਦਾ ਤੋ ਵਟ ਯੂ ਥਿੰਕ ਐਜ਼ ਇਨ ਗਵਰਨਮੈਂਟ ਵਟ ਸਟੈਪਸ ਦੇ ਸ਼ੁੱਡ ਹੈਵ ਟੇਕਨ ਬਿਫੋਰ ਅੱਜ ਇਹ ਖਾਮਿਆਜ਼ਾ ਜਿਹੜਾ ਨਹੀਂ ਭੁਗਤਣਾ ਪੈਂਦਾ ਦੇਖੋ ਖੇਤਾਂ ਦੇ ਵਿੱਚ ਤਾਂ ਪਾਣੀ ਭਰ ਜਾਏਗਾ ਉਹਦੇ ਵਿੱਚ ਤਾਂ ਤੁਸੀਂ ਜ਼ਿਆਦਾ ਰੋਕ ਟਾਕ ਨਹੀਂ ਕਰ ਸਕਦੇ ਪਰ ਪੰਗਾ ਹੈ ਕਿ ਜਿਹੜੇ ਸਾਡੇ ਵੱਡੇ ਸ਼ਹਿਰ ਨੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਹੁਣ ਇੱਥੇ ਮਿਊਨਸੀਪਲ ਇਲੈਕਸ਼ਨ ਹੋਏ ਕਰੋੜਾਂ ਰੁਪਏ ਦਾ ਇਹਨਾਂ ਦਾ ਬਜਟ ਹੈ ਹੁਣ ਇਹ ਜਿਹੜੇ ਨੇਤਾ ਕੁਰਸੀਆਂ 'ਤੇ ਬਹਿ ਬਹਿ ਕੇ ਅੱਜ ਦੌਰਾ ਕਰ ਰਹੇ ਨੇ ਰਾਜਕੁਮਾਰ ਵੇਰਕਾ ਔਰ ਇਹ ਮੈਂ ਉੱਧਰ ਗਿਆ ਮੈਂ ਉੱਧਰ ਗਿਆ ਕਿਆ ਕਿਸੇ ਨੇ ਰਾਜਕੁਮਾਰ ਵੇਰਕਾ ਨੂੰ ਡੇਢ ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਗੱਡੀ 'ਚ ਦੌਰਾ ਕਰਦੇ ਦੇਖਿਆ ਵੀ ਕਿਹੜਾ ਡਰੇਨ ਦੇ ਸਾਫ਼ ਹੋਇਆ ਕਿ ਨਹੀਂ ਹੋਇਆ ਕਿੱਥੇ ਪੁੱਲ ਬਣਨਾ ਬਣਿਆ ਕਿ ਨਹੀਂ ਬਣਿਆ ਜਿਹੜੇ ਨਦੀ ਦੇ ਬੰਨ ਹੁੰਦੇ ਨੇ ਉਹਨਾਂ ਨੂੰ ਪੱਕਾ ਕੀਤਾ ਗਿਆ ਕਿ ਨਹੀਂ ਨਹਿਰ ਦੇ ਬੰਨਾਂ ਨੂੰ ਇਹ ਪਹਿਲਾਂ ਸਾਡੇ ਇੱਥੇ ਇੰਡੀਆ ਦੇ ਵਿੱਚ ਇੱਕ ਕਲਚਰ ਹੈ ਕਿ ਕੋਈ ਵੀ ਡਿਜ਼ਾਸਟਰ ਹੋਣ ਤੋਂ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ ਜਾਂਦੀ ਪਿਛਲੀ ਵਾਰ ਤੋਂ ਕੋਈ ਸਬਕ ਨਹੀਂ ਸਿੱਖਿਆ ਜਾਂਦਾ ਹਰ ਵਾਰੀ ਡਿਜ਼ਾਸਟਰ ਹੋਣ ਤੋਂ ਬਾਅਦ ਹੁਣ ਦੇਖਣਾ ਅੱਜ ਰਾਜਕੁਮਾਰ ਵੇਰਕਾ ਨਿਕਲਿਆ ਕੱਲ੍ਹ ਨੂੰ ਦੇਖਣਾ ਸ਼੍ਰੋਮਣੀ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਦੇ ਲੋਕ ਨਿਕਲ ਆਉਣਗੇ ਇਹ ਫਿਰ ਹਮੇਸ਼ਾ ਹੁੰਦਾ ਅਗਰ ਕਾਂਗਰਸ ਪਾਵਰ 'ਚ ਹੈ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਕਿਸਾਨ ਆ ਜਾਣਗੇ ਆਗੂ ਸੜਕਾਂ 'ਤੇ ਕਿਸਾਨਾਂ ਨੂੰ ਮੁਆਵਜ਼ਾ ਦਿਓ ਸ਼੍ਰੋਮਣੀ ਅਕਾਲੀ
ਹੁੰਦਾ ਰੋਲ ਚੇਂਜ ਹੋ ਜਾਂਦੇ ਨੇ ਕਿ ਅੱਜ ਮੈਂ ਰੋਲ ਕਰ ਰਿਹਾ ਕੱਲ੍ਹ ਤੁਸੀਂ ਆਹ ਰੋਲ ਕਰੋਗੇ ਇਟਸ ਲਾਈਕ ਦਿਸ ਅਤੇ ਕਿਸਾਨੀ ਨੇ ਸਫ਼ਰ ਕਰਨਾ ਹੀ ਕਰਨਾ ਅੱਗੇ ਕਦੀ ਨਾ ਉਹਨਾਂ ਨੂੰ ਖਾਦ ਮਿਲਦੀ ਹੈ ਜਦੋਂ ਫਸਲ ਬਣਾ ਕੇ ਉਹ ਮੰਡੀਆਂ 'ਚ ਲੈ ਕੇ ਜਾਂਦੇ ਨੇ ਨਾ ਉੱਥੇ ਵਿਕਦੀ ਹੈ ਜੇ ਉੱਥੇ ਰੱਖੀ ਰੱਖੀ ਅਤੇ ਬਾਰਿਸ਼ ਆ ਕੇ ਉਹਨਾਂ ਦੀ ਫਸਲ ਬਰਬਾਦ ਕਰੀ ਕਿਸਾਨ ਹਰ ਸਟੈਪ 'ਤੇ ਹਰ ਸਟੈਪ ਤੋਂ ਤੁਸੀਂ ਦੇਖੋ ਫਸਲ ਉਹਨੂੰ ਪੈਸਟੀਸਾਈਡ ਤੋਂ ਲੈ ਕੇ ਸਟੋਰੇਜ ਸਿਸਟਮ ਅੱਜ ਸਟਰੋਂਗ ਕੀਤਾ ਹੁੰਦਾ ਤਾਂ ਕਿਤੇ ਨਾ ਕਿਤੇ ਸਫਲ ਜਿਹੜੀ ਆਪਣੀ ਸਫਲ ਹੋ ਸਕਦੀ ਸੀਗੀ ਸਰਕਾਰ ਔਰ ਫਸਲਾਂ ਨੂੰ ਵੀ ਬਚਾਇਆ ਜਾ ਸਕਦਾ ਸੀ ਨਹੀਂ ਸਟੋਰੇਜ ਸਿਸਟਮ ਤੋਂ ਜਿਹੜੀ ਪਿਛਲੇ ਸਾਲ ਦੀਆਂ ਫਸਲਾਂ ਉਹ ਸਟੋਰੇਜ ਵਿੱਚ ਬੋਰੀਆਂ ਪਈਆਂ ਉਹ ਬਰਬਾਦ ਹੁੰਦੀਆਂ ਨੇ ਉਹ ਪੰਜ ਪੰਜ ਛੇ ਛੇ ਸਾਲ ਤੱਕ ਪਈਆਂ ਰਹਿੰਦੀਆਂ ਨੇ ਉਹਨਾਂ ਨੂੰ ਜਾਣ ਬੁੱਝ ਕੇ ਖਰਾਬ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਖਰਾਬ ਕਰਕੇ FCI ਉਹ ਜਿਹੜੇ ਹੁੰਦੇ ਨੇ ਸ਼ਰਾਬ ਬਣਾਉਣ ਦੀਆਂ ਫੈਕਟਰੀਆਂ ਉਹਨਾਂ ਨੂੰ ਵੇਚ ਦਿੱਤਾ ਜਾਵੇ ਅਤੇ ਕਿਸਾਨ ਦੀ ਮਤਲਬ ਸਮਝ ਲਓ ਮਤਲਬ ਖਰਾਬ ਕਰਨ ਦੇ ਪ੍ਰੋਸੈਸ ਸਰਕਾਰੀ ਜਿਹੜੇ ਨੇ ਹਰ ਪੱਖ ਹਰ ਪੈਰ ਪੈਰ 'ਤੇ ਰੱਖੇ ਹੋਏ ਨੇ ਮਤਲਬ ਉਹਨਾਂ ਨੇ ਫਸਲ ਬੋਣੀ ਹੈ ਅਤੇ ਉਹਨੂੰ ਬੀਜ ਨਹੀਂ ਮਿਲਣਾ ਉਹਨੂੰ ਪੈਸਟੀਸਾਈਡ ਨਹੀਂ ਮਿਲਣੇ ਜਦੋਂ ਫਸਲ ਇਹ ਆਉਣੀ ਹੈ ਤਾਂ ਕੁਦਰਤ ਦੀ ਮਾਰ ਪੈਣੀ ਹੈ ਹੁਣ ਇਹਨੇ ਅਗਰ ਫਸਲ ਬਚ ਵੀ ਜਾਂਦੀ ਝੋਨਾ ਬਚ ਵੀ ਜਾਂਦਾ ਇਹਨੂੰ ਬੋਰੀਆਂ 'ਚ ਪਾ ਕੇ ਜਦੋਂ ਮੰਡੀ ਲੈ ਕੇ ਜਾਣਾ ਸੀ ਤਾਂ ਮੰਡੀ ਦੀ ਪ੍ਰੋਬਲਮ ਹੁੰਦੀ ਹੈ ਉੱਥੇ ਬਾਰਿਸ਼ਾਂ ਖਰਾਬ ਹੋ ਜਾਂਦੀਆਂ ਅਤੇ ਉੱਥੋਂ ਉਸ ਤੋਂ ਫਿਰ ਇਹਦਾ ਇੰਨੇ ਤੁਹਾਡੀ ਇਹਦੇ 'ਚ ਇੰਨਾ ਮੋਇਸਚਰ ਹੈ ਇੰਨਾ ਮੋਇਸਚਰ ਨਹੀਂ ਹੈ ਉਹਦੇ ਹਿਸਾਬ ਨਾਲ ਇਹਨਾਂ ਦੀ ਪੇਮੈਂਟ ਹੁੰਦੀ ਹੈ ਅਤੇ ਕਿਸਾਨੀ ਵਾਸਤੇ ਇਟਸ ਅ ਵੈਰੀ ਡਿਫੀਕਲਟ ਚੈਪਟਰ ਔਰ ਇਹ ਜਿਹੜਾ ਮੌਸਮ ਖਰਾਬ ਹੋਇਆ ਇਹਦੀ ਵਜ੍ਹਾ ਨਾਲ ਪੰਜਾਬ ਦੇ ਕਿਸਾਨਾਂ ਦੀ ਇਹ ਬੜਾ ਮੰਦਭਾਗੀ ਗੱਲ ਹੈ ਕਿ ਬਹੁਤ ਇਹਨਾਂ ਵਾਸਤੇ ਟ੍ਰੈਜਡੀ ਆਉਣ ਵਾਲੀ ਹੈ ਨਵੀਨ ਜੀ ਆਈ ਹੈਵ ਸਮ ਕਾਲਰਸ ਉਹ ਵੀ ਆਪਣੇ ਪ੍ਰਤੀਕਰਮ ਸਾਨੂੰ ਦੇਣਾ ਚਾਹੁੰਦੇ ਆ ਜਾਣਨ ਦੀ ਕੋਸ਼ਿਸ਼ ਕਰ ਲੈਣਾ ਕੀ ਕੁਝ ਸਾਨੂੰ ਕਹਿਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਕਿਰਤ ਜੀ ਪਹਿਲਾਂ ਆਪ ਜੀ ਨੂੰ ਤੇ ਆਪ ਦੇ ਸਾਥੀ ਜੀ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਤੁਹਾਡਾ ਮੁੱਦਾ ਹੈ ਨਾ ਮੈਂ ਸੁਰਿੰਦਰਪਾਲ ਸਿੰਘ ਲਿਸਟਰ ਤੋਂ ਯੂਕੇ ਤੋਂ ਬੋਲ ਰਿਹਾ ਜੀ ਸੁਰਿੰਦਰਪਾਲ ਸਿੰਘ ਜੀ ਕੀ ਕਹਿਣਾ ਚਾਹੋਗੇ ਆਪ ਜੀ ਨੇ ਜੋ ਮੁੱਦਾ ਰੱਖਿਆ ਨਾ ਇਹ ਬਹੁਤ ਵਧੀਆ ਇਹਦੇ ਵਿੱਚ ਦੋ ਗੱਲਾਂ ਮੈਂ ਆਪ ਕਰਨੀ ਚਾਹੁੰਦਾ ਜੀ ਜੀ ਇਹ ਆਪਣੇ ਕੁਦਰਤ ਦੀ ਆਫਤ ਕਿਹਾ ਇਹਨੂੰ ਨਾ ਜੀ 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 ਕੁਦਰਤ ਕਿਹਨੂੰ ਕਹਿੰਦੇ ਆਪਾਂ ਜੀ ਰੱਬ ਨੂੰ ਜੀ ਜੀ ਇਹ ਰੱਬ ਦੀ ਆਫਤ ਆ ਇੱਕ ਵਾਰੀ ਇਹ ਆਫਤ 1988 ਦੇ ਵਿੱਚ ਆਈ ਸੀ ਜੀ ਜੀ ਉਹਨੂੰ ਰੱਬ ਦੀ ਆਫਤ ਨੂੰ ਰੱਬ ਹੀ ਬਚਾ ਸਕਦਾ ਜੀ ਕੋਈ ਜਿੱਦਾਂ ਆਪਾਂ ਕਹਿੰਦੇ ਨਾ ਇੱਕ ਸਿਸਟਮ ਆਹ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਉਹ ਸਿਸਟਮ ਕੁਝ ਨਹੀਂ ਕਰ ਸਕਦੇ ਜੀ ਜਿਹੜੇ ਰੱਬ ਦੇ ਉੱਤੇ ਜਿਲ੍ਹੇ ਨਿਰਭਰ ਵਾ ਜੀ ਹੁਣ ਤੁਹਾਨੂੰ ਪਤਾ ਆ ਕਿੱਦਾਂ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਕੀ ਆ ਧੁਰ ਕੀ ਬਾਣੀ ਆਈ ਜੀ ਤੇ ਸਗਲੀ ਚਿੰਤ ਮਟਾਈ ਜੀ ਜੀ ਉਹ ਧੁਰ ਤੋਂ ਬਾਣੀ ਆਈ ਕੁਦਰਤ ਤੋਂ ਜੀ ਉਹਦੇ ਨਾਲ ਜਦੋਂ ਛੇੜਛਾੜ ਕੀਤੀ ਜਾਂਦੀ ਆ ਜੀ ਤਾਂ ਰੱਬ ਵੀ ਰੋਂਦਾ ਆ ਜੀ ਉਹ ਇੰਨਾ ਤੇ ਤਰਸਾਉਂਦਾ ਸਾਨੂੰ ਜੀ ਕਿ ਅਸੀਂ ਅੰਤ ਤੱਕ ਹੈ ਨਾ ਉਹਦੇ ਨਾਲ ਕਿਉਂਕਿ ਮੈਂ ਤਾਂ ਸੋਰੀ ਹਾਂ ਮੈਂ ਕਿਉਂਕਿ ਰਿਲੇਟਡ ਇਹ ਜਿਹੜੀ ਆਫਤ ਆ ਨਾ ਜਿਹੜੀ ਕੁਦਰਤ ਦੀ ਇਹਨੂੰ ਅਸੀਂ ਸਿਸਟਮ ਜਿਹੜਾ ਸਾਇੰਸ ਦਾ ਕਹਿੰਦੇ ਹਾਂ ਇਹਦਾ ਸਟੋਪ ਨਹੀਂ ਕਰ ਸਕਦੇ ਕਿਉਂਕਿ ਰੱਬ ਦੇ ਇਹ ਦੇਣਾ ਆ ਇਹ ਜੀ ਜੀ ਪਾਣੀ ਪਵਣ ਪਾਣੀ ਹੈ ਨਾ ਜਿੱਦਾਂ ਆਪਾਂ ਕਹਿੰਦੇ ਹਾਂ ਗੁਰੂ ਪਾਣੀ ਪਿਤਾ ਜੀ ਮਾਤਾ ਧਰਤ ਮਹਾਂ ਜੀ ਹਾਂ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਉਹਨਾਂ ਨੇ ਧੁਰ ਤੋਂ ਆਈਆਂ ਸਾਰੀਆਂ ਚੀਜ਼ਾਂ ਇਹ ਉਹਦੇ ਕੰਟਰੋਲ 'ਚ ਆ ਉਹਦੇ ਕੰਟਰੋਲ 'ਚ ਕਦੋਂ ਜੇ ਉਹ ਆਊਟ ਆਫ ਕੰਟਰੋਲ ਕਦੋਂ ਹੁੰਦਾ ਸਿਸਟਮ ਆਪਾਂ ਜਿਲੇ ਆਪਾਂ ਟੈਲੀ ਦਾ ਰਿਮੋਟ ਕੰਟਰੋਲ ਖਰਾਬ ਹੋ ਜਾਂਦਾ ਉਹਦੇ ਨਾਲ ਟੈਲੀ ਚੱਲਦਾ ਨਹੀਂ ਜੀ 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 ਹਨਾ ਇਹ ਸਾਰੀਆਂ ਗੱਲਾਂ ਜਿਹੜੀਆਂ ਧੁਰ ਤੋਂ ਉੱਤੋਂ ਆਈਆਂ 88 ਦੇ ਵਿੱਚ ਵੀ ਜਦੋਂ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਉਦੋਂ ਵੀ ਇਹ ਆਫਤਾਂ ਆਈਆਂ ਸੀ ਜੀ ਹੁਣ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਜਿੰਨੀਆਂ ਬੇਅਦਬੀਆਂ ਹੋਈਆਂ ਉਹਦੀ ਆਫਤ ਆ ਇੱਕ ਉਹਦਾ ਸਾਈਨ ਆ ਜੀ ਹਨਾ ਦੂਸਰੇ ਨੰਬਰ ਤੇ ਜਿਹੜੀ ਆਪਾਂ ਸਰਕਾਰਾਂ ਦੀਆਂ ਕਹਿੰਦੇ ਆ ਕਿ ਸਰਕਾਰਾਂ ਨੂੰ ਇਹ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਜਿਹੜੀਆਂ ਹੁਣ ਦੀਆਂ ਸਰਕਾਰਾਂ ਆ ਉਹਦੇ ਵਿੱਚ ਆਪ ਜੀ ਨੂੰ ਪਤਾ ਹੋਣਾ ਪਤਾ ਨੀ ਪ੍ਰਸ਼ਾਂਤ ਕਿਸ਼ੋਰ ਜਿਹੜਾ ਸੀਗਾ ਨਾ ਜਿਹੜੀਆਂ ਸਰਕਾਰਾਂ ਏਜੰਸੀ ਹਾਇਰ ਕਰਕੇ ਸਰਕਾਰਾਂ ਬਣਾਉਣ ਜੀ ਉਹ ਲੋਕਾਂ ਨੂੰ ਕੀ ਦੇ ਸਕਦੀਆਂ ਜੀ ਜੀ ਉਹ 5 ਕਰੋੜ ਜੇ ਉਹ ਲੈ ਗਿਆ 5 ਕਰੋੜ ਜੀ ਤਾਂ ਉਹ ਕਦੋਂ ਕਦੋਂ ਤੱਕ ਲਾਉਂਗੇ ਤੁਸੀਂ ਲੋਕਾਂ ਦੇ ਉੱਤੇ ਬੋਝ ਪਾਉਂਗੇ ਤੁਸੀਂ ਲੋਕਾਂ ਨੂੰ ਸਹੂਲਤਾਂ ਦੇਵੋਗੇ ਉਹਦੀਆਂ ਗੁਰਦੇਵ ਸਿੰਘ ਭੋਗਲ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੋਗਲ ਜੀ ਸਤਿ ਸ੍ਰੀ ਅਕਾਲ ਠੀਕ ਹੋ ਜੀ ਬਿਲਕੁਲ ਚੜ੍ਹਦੀ ਕਲਾ ਦੁਆਵਾਂ ਨੇ ਤੁਹਾਡੀਆਂ ਜੀ ਜੀ ਭੋਗਲ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮੁੱਦੇ ਨੂੰ ਲੈ ਕੇ ਕੀ ਕੁਝ ਪ੍ਰਤੀਕਰਮ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਬਹੁਤ ਵਧੀਆ ਵਿਸ਼ਾ ਇਹ ਜਿਹੜੇ ਮੇਰੇ ਵੀਰ ਜੀ ਲੈਸਟਰ ਤੋਂ ਆਏ ਸੀ ਮੈਂ ਪੀਟਰਵਰਾ ਤੋਂ ਬੋਲ ਰਿਹਾ ਯੂਕੇ ਤੋਂ ਜੀ ਸੁਰਿੰਦਰਪਾਲ ਸਿੰਘ ਜਿਹੜੀ ਗੱਲ ਕਹਿਣੀ ਚਾਹੁੰਦੇ ਸੀ ਬਿਲਕੁਲ ਠੀਕ ਸੀ ਉਹ ਜੀ ਤੇ ਸਮਾਂ ਪਤਾ ਨਹੀਂ ਥੋੜਾ ਕਰਕੇ ਜਿੱਦਾਂ ਜੋ ਉਹ ਕਹਿਣਾ ਚਾਹੁੰਦੇ ਸੀ ਮੈਂ ਉਹ ਦੱਸਦਾ ਉਹ ਕੀ ਕਹਿਣਾ ਚਾਹੁੰਦੇ ਸਨ ਉਹ ਇਹ ਕਹਿਣਾ ਚਾਹੁੰਦੇ ਸਨ ਜਿਹੜੇ ਜਿਸ ਕੁਦਰਤ ਨੂੰ ਅਸੀਂ ਜਿਸ ਅਸੀਂ ਕੁਦਰਤ ਦੀ ਮਾਰ ਨੂੰ ਮਾਰ ਕਹਿੰਦੇ ਹਾਂ ਕੁਦਰਤ ਦਾ ਕਹਿਰ ਕਹਿੰਦੇ ਹਾਂ ਇੱਕ ਪਾਸੇ ਅਸੀਂ ਕੁਦਰਤ ਨੂੰ ਮਿਹਰਬਾਨ ਕਹਿੰਦੇ ਹਾਂ ਕਿਰਪਾਲੂ ਕਹਿੰਦੇ ਹਾਂ ਦਿਆਲੂ ਕਹਿੰਦੇ ਹਾਂ ਉਹ ਕਹਿਰਬਾਨ ਨਹੀਂ ਹੋ ਸਕਦੀ ਕੁਦਰਤ ਇਹ ਕਿਤੇ
ਕਿਤੇ ਨਾ ਕਿਤੇ ਸਾਡਾ ਜਿਹੜਾ ਜਿਹੜਾ ਲੇਖਾ ਜੋਖਾ ਜਿਹਨੂੰ ਕਹਿੰਦੇ ਆਪਾਂ ਹਿਸਾਬ ਕਿਤਾਬ ਕਹਿੰਦੇ ਬਾਣੀ ਦੇ ਵਿੱਚ ਬੜਾ ਕੁਝ ਗੁਰਬਾਣੀ ਦੀ ਰੋਸ਼ਨੀ ਜੋ ਕਹਿਣਾ ਚਾਹੁੰਦੇ ਸਨ ਕੁਝ ਜੀ ਜੀ ਤੇ ਬਿਲਕੁਲ ਇਹ ਸਹੀ ਗੱਲ ਵਾ ਤੇ ਜਿਹੜਾ ਜਿਹੜੀ ਕੁਦਰਤ ਆ ਉਹ ਤੇ ਸ਼ਾਇਦ ਮਾਫ਼ ਕਰਦਾ ਹੈ ਦੁਨੀਆ ਨੂੰ ਜਾਂ ਸਮਾਜ ਨੂੰ ਜਾਂ ਆਵਾਮ ਨੂੰ ਪਰ ਜਿਹੜੀ ਸਮਾਜ ਦੀ ਜਿਹੜੇ ਜਿਹੜੇ ਜਿਹੜੀ ਸਮਾਜ ਦੀ ਜਿਹੜੀ ਇੱਕ ਸਮਾਜ ਦਾ ਜਿਹੜਾ ਕਹਿਰ ਵਾ ਨਾ ਉਹ ਬਹੁਤ ਵੱਡਾ ਕਹਿਰ ਹੁੰਦਾ ਉਸ ਕਹਿਰ ਦਾ ਨਾਂ ਰੱਖਿਆ ਮੈਂ ਭੁੱਖ ਭੁੱਖ ਉਹ ਜਿਹੜੀ ਭੁੱਖ ਹੁੰਦੀ ਆ ਉਹ ਸਰਕਾਰਾਂ ਨੂੰ ਵੀ ਆ ਦਰਬਾਰਾਂ ਨੂੰ ਵੀ ਆ ਪਰਿਵਾਰਾਂ ਨੂੰ ਵੀ ਆ ਛੋਟੇ ਵੱਡੇ ਸਰਦਾਰਾਂ ਨੂੰ ਵੀ ਆ ਜੀ ਜੀ ਉਸ ਭੁੱਖ ਦਾ ਉਸ ਉਹ ਜੇ ਭੁੱਖ ਨਾ ਹੋਵੇ ਉਸ ਭੁੱਖ ਦਾ ਕਹਿਰ ਜੇਕਰ ਨਾ ਹੋਵੇ ਤਾਂ ਉੱਥੇ ਲੋਕ ਭਲਾਈ ਹੋਵੇ ਲੋਕ ਭਲਾਈ ਦੀ ਜਗ੍ਹਾ ਲੋਕ ਧੁਲਾਈ ਹੋ ਰਹੀ ਆ ਹੋਣੀ ਚਾਹੀਦੀ ਸੀ ਲੋਕ ਭਲਾਈ ਪਰ ਉੱਥੇ ਲੋਕ ਧੁਲਾਈ ਹੋ ਰਹੀ ਆ ਤਾਂ ਤਾਂ ਸਾਰਾ ਕੁਝ ਵਾਪਰ ਰਿਹਾ ਕਹਿਰ ਵਾ ਕੁਝ ਜਿਹੜਾ ਪਰਮਾਤਮਾ ਆ ਕੁਦਰਤ ਜਾਂ ਕਾਦਰ ਵਾ ਕਾਦਰ ਕਾਦਰ ਵਾ ਉਹ ਕਹਿਰਵਾਨ ਨੀ ਹੋ ਸਕਦਾ ਉਹਦਾ ਮਿਹਰਬਾਨ ਹੈ ਉਹਦਾ ਕਿਰਪਾਲੂ ਦਿਆਲੂ ਹੈ ਕਿਤੇ ਨਾ ਕਿਤੇ ਸਮਾਜ ਆਵਾਮ ਦਾ ਆਪਣਾ ਹਰਕੀਰ ਜੀ ਕਿਤੇ ਨਾ ਕਿਤੇ ਆਪਣਾ ਆਪਣਾ ਇਹਨਾਂ ਦਾ ਆਪਣਾ ਕਸੂਰ ਹੁੰਦਾ ਲਓ ਮੈਂ ਇੱਕ ਕਵੀ ਹੋਣ ਦੇ ਨਾਤੇ ਥੋੜੀਆਂ ਲਾਈਨਾਂ ਸੁਣਾਉਣੀਆਂ ਚਾਹੁੰਦਾ ਇਹ ਭੁੱਖ ਕਿੱਦਾਂ ਨੁਕਸਾਨ ਕਰਦੀ ਆ ਠੀਕ ਹੈ ਜੀ ਥੋੜਾ ਜਲਦ ਕਰਿਓ ਪੋਗਲ ਜੀ ਬਹੁਤ ਸਾਰੀ ਕੋਲਾਂ ਲਾਈਨ ਦੇ ਵਿੱਚ ਨੇ ਨਹੀਂ ਕੋਈ ਗੱਲ ਨੀ ਕੋਈ ਗੱਲ ਨੀ ਇੱਕ ਇੱਕ ਪੱਖ ਤੇ ਰੱਖਣਾ ਹੀ ਆ ਨਾ ਇਹਦਾ ਨਾਂ ਰੱਖਿਆ ਇਸ ਤੂਫਾਨ ਦਾ ਨਾਂ ਤਾਂ ਅਸੀਂ ਤਾਂ ਮੀਂਹ ਦਾ ਕਹਿੰਦੇ ਨਾ ਬਰਸਾਤ ਦਾ ਇਹ ਇਹ ਭੁੱਖ ਦਾ ਤੂਫਾਨ ਹੈ ਭੁੱਖ ਭੁੱਖ ਮਨੁੱਖ ਦੀ ਭੁੱਖ ਲਿਖਿਆ ਵੇ ਰਾਜਿਆਂ ਰਾਜ ਕਮਾਉਣ ਦੀ ਭੁੱਖ ਸਿਰ ਤੇ ਮੁਕਟ ਸਜਾਉਣ ਦੀ ਭੁੱਖ ਬੇਸਬਰੀ ਦੇ ਆਲਮ ਅੰਦਰ ਸੱਤਾ ਨੂੰ ਹਥਿਆਉਣ ਦੀ ਭੁੱਖ ਧਨ ਨੂੰ ਸਾਰੇ ਧੰਤਾਂ ਨੇ ਆਖਣ ਧਨਵੰਤਾਂ ਧਨ ਸੰਚਾਉਣ ਦੀ ਭੁੱਖ ਗਹਿਰਾਂ ਦਾ ਕੋਈ ਜਾਦੂ ਇਸ ਦਾ ਧਨਹੀਣਾ ਧਨ ਕਮਾਉਣ ਦੀ ਭੁੱਖ ਯਾਰੋ ਧਨਹੀਣਾ ਧਨ ਕਮਾਉਣ ਦੀ ਭੁੱਖ ਅਸਲੀ ਇਲਮ ਦੀ ਸਾਰ ਨਾ ਕੋਈ ਆਲਮ ਫਾਜ਼ਲ ਅਖਵਾਉਣ ਦੀ ਭੁੱਖ ਜਗ ਤੋਂ ਸ਼ੋਭਾ ਖੱਟਣ ਖਾਤਰ ਧਰਮੀ ਪੁਰਸ਼ ਕਹਾਉਣ ਦੀ ਭੁੱਖ ਚੁਗਲੀ ਦੀ ਭੁੱਖ ਚੰਦ ਚੜਾਵੇ ਇਸਦੇ ਲੱਗੇ ਚੁਗਲਾਂ ਭੁੱਖ ਇਸਦੀ ਲੱਗੇ ਚੁਗਲਾਂ ਭੁੱਖ ਚਮਚੇ ਦੀ ਗੱਦ ਚਮਚਾ ਜਾਣੇ ਉੱਲੂ ਸਿੱਧਾ ਕਰਨ ਦੀ ਭੁੱਖ ਬਈ ਕਿਸੇ ਨੂੰ ਹਲਕੀ ਫੁਲਕੀ ਸ਼ੋਹਰਤ ਕਿਸੇ ਨੂੰ ਧੌਂਸ ਜਮਾਉਣ ਦੀ ਭੁੱਖ ਇਸ ਲਾਹਨਤ ਤੋਂ ਕਰੋ ਕਿਨਾਰਾ ਠੱਗਾਂ ਨੂੰ ਵਡਿਆਉਣ ਦੀ ਭੁੱਖ ਓਏ ਪਾਪ ਨੂੰ ਪਾਪੀ ਕਰਨ ਮੁਹੱਬਤ ਪਾਪ ਨੂੰ ਪਾਪੀ ਕਰਨ ਮੁਹੱਬਤ ਭਲਿਆਂ ਭਲਾ ਕਮਾਉਣ ਦੀ ਭੁੱਖ ਮਨ ਦਾ ਆਖਾ ਮਨਮੁਖ ਮੰਨਦੇ ਗੁਰਮੁਖਾਂ ਗੁਰੂ ਰਜਾਉਣ ਦੀ ਭੁੱਖ ਯਾਰੋ ਗੁਰਮੁਖਾਂ ਗੁਰੂ ਰਜਾਉਣ ਦੀ ਭੁੱਖ ਆਖਰੀ ਇੱਕ ਬੰਦ ਹਰਕੀਰ ਸਿੰਘ ਜੀ ਲਿਖਿਆ ਵੇ ਪੱਕਿਆਂ ਵਾਲਿਆਂ ਆਂਗਨ ਲੱਗੀ ਰਹਿੰਦੀ ਪੱਕਿਆਂ ਵਾਲਿਆਂ ਆਂਗਨ ਲੱਗੀ ਰਹਿੰਦੀ ਲੋਕਾਂ ਦੇ ਕੱਚੇ ਢਾਉਣ ਦੀ ਭੁੱਖ ਰੱਬ ਦੀ ਹੋਂਦ ਤੋਂ ਮੁਨਕਰ ਕਈਆਂ ਰੱਬ ਨੂੰ ਪਾਉਣ ਦੀ ਭੁੱਖ ਬਈ ਸੈਂਕੜੇ ਭੁੱਖ ਦੇ ਰੂਪ ਸਰੂਪ ਸੈਂਕੜੇ ਭੁੱਖ ਦੇ ਰੂਪ ਸਰੂਪ ਕਿਹੜੀ ਕਿਹੜੀ ਦੱਸਾਂ ਭੁੱਖ ਓਏ ਲੋਕ ਭਲਾਈ ਵਾਲੀ ਭੋਗਲ ਸਭ ਤੋਂ ਆਲਾ ਉੱਤੋਂ ਭੁੱਖ ਬਈ ਲੋਕ ਭਲਾਈ ਵਾਲੀ ਭੋਗਲ ਸਭ ਤੋਂ ਆਲਾ ਉੱਤੋਂ ਭੁੱਖ ਜੇ ਇਹ ਭੁੱਖ ਸਰਕਾਰਾਂ ਨੂੰ ਲੱਗੇ ਦਰਬਾਰਾਂ ਨੂੰ ਲੱਗੇ ਪਰਿਵਾਰਾਂ ਨੂੰ ਲੱਗੇ ਛੋਟੇ ਵੱਡੇ ਸਰਦਾਰਾਂ ਨੂੰ ਲੱਗੇ ਤਾਂ ਨਹੀਂ ਦੇ ਸਕਦੀ ਸੁੱਖ ਮੈਨੂੰ ਲੱਗਦਾ ਕੁਦਰਤ ਦੀ ਭਲੀ ਕੁਦਰਤ ਦਾ ਕਹਿਰ ਇਹ ਲਾ ਕੇ ਆਉਂਦਾ ਹੀ ਨਹੀਂ ਜੀ ਜੀ ਬਹੁਤ ਬਹੁਤ ਧੰਨਵਾਦ ਭੋਗਲ ਜੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਮੈਂ ਦੇਖ ਪਾ ਰਿਹਾ ਬਹੁਤ ਸਾਰੇ ਕਾਲਰਸ ਇਸ ਟਾਈਮ ਫੋਨ ਲਾਈਨ ਦੇ ਉੱਤੇ ਹਨ ਮੈਂ ਸਾਰੇ ਕਾਲਰਸ ਨੂੰ ਦਰਖਾਸਤ ਕਰਾਂਗਾ ਕਿ ਤੁਸੀਂ ਆਪਣੇ ਫੋਨ ਕਾਲ ਨੂੰ ਨਾ ਕੱਟਿਓ ਮੈਂ ਕਿਊ ਦੇ ਵਿੱਚ ਪਾਈ ਹੋਈ ਹੈ ਤੁਹਾਡੀ ਕਾਲ ਮੈਂ ਫਿਲਹਾਲ ਨਿੱਕੇ ਜਿਹੇ ਵਕਫੇ ਲਈ ਇੱਥੇ ਰੁਕ ਰਿਹਾ ਜਦ ਵਕਫੇ ਤੋਂ ਬਾਅਦ ਵਾਪਸ ਆਵਾਂਗਾ ਜ਼ਰੂਰ ਲਵਾਂਗਾ ਤੁਹਾਡੀ ਕਾਲਸ ਇਸ ਬ੍ਰੇਕ ਤੋਂ ਉਸ ਬਾਅਦ